ਬੁੱਲਾ ਮਾਰਦੇ ਹੋਏ ਕੱਖ ਨਾ ਰਹੇ ਲੋਕਾਂ ਦਾ। ਹਾਏ ਓਏ ਓ ਨੋ। ਉਹ ਦੋਸਤੋ ਤੁਸੀਂ ਪੁੱਛੋ ਕਿ ਹੈਪੀ ਸਿੰਘ ਨੂੰ ਹੋਇਆ ਕੀ ਹੈ, ਤੁਸੀਂ ਪੁੱਛੋ ਭਾਂਦੀ ਨਾ ਪੁੱਛੋ, ਮੈਂ ਤਾਂ ਦੱਸਣਾ ਹੀ ਹੈ। ਕੱਲ ਦੇਖਣ ਗਿਆ ਮੈਂ ਫਿਲਮ ਪਦਮਾਵਤੀ, ਸੋਰੀ ਪਦਮਾਵਤ, ਉੱਥੇ ਮੈਨੂੰ ਦੇਖੀ ਸੋਹਣੀ ਜੀ ਕੁੜੀ। ਮੈਂ ਕੁੜੀ ਨੂੰ ਦੇਖ ਕੇ ਮੇਰੇ ਮੂੰਹ ਚੋਂ ਮੱਲੋ ਮੱਲੀ ਨਿਕਲ ਗਿਆ। ਮੈਂ ਕਿਹਾ ਹਾਏ ਓਏ ਬੰਬ। ਬਸ ਉੱਥੇ ਭਗਦੜ ਮੱਚ ਗਈ, ਲੋਕਾਂ ਨੇ ਬੰਬ ਤਾਂ ਲੱਭਿਆ ਨਹੀਂ, ਬੰਬ ਕਹਿਣ ਵਾਲਾ ਲੱਭ ਗਿਆ। ਹਾਏ ਓਏ ਇੰਨਾ ਕੁੱਟਿਆ, ਇੰਨਾ ਕੁੱਟਿਆ, ਕਰਨੀ ਸੈਨਾ ਨੇ ਨਹੀਂ ਕੁੱਟਿਆ, ਸਿਨੇਮੇ ਵਾਲੇ ਨੇ ਕੁੱਟਿਆ। ਹਾਏ ਓਏ ਮਰ ਗਏ ਓਏ। ਮੈਂ ਤਾਂ ਇਹੀ ਕਹੂੰਗਾ ਕੀ ਬਣੂ ਦੁਨੀਆਂ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਸੱਚ ਕੀ ਬਣੂ ਦੁਨੀਆਂ ਤੋਂ। ਯਾਦ ਆਇਆ ਪਦਮਾਵਤ ਫਿਲਮ ਤਾਂ ਆਪਣੇ ਗੁਰਦਾਸ ਮਾਨ ਸਾਹਿਬ ਵੀ ਦੇਖਣ ਗਏ ਸੀ। ਹਾਏ ਓਏ ਜੀਓ ਬਾਬਿਓ ਜੀਓ। ਗੁਰਦਾਸ ਮਾਨ ਸਾਹਿਬ ਨੇ ਕਿਹਾ ਕਿ ਪਦਮਾਵਤ ਫਿਲਮ ਸਾਰਿਆਂ ਨੇ ਦੇਖਣ ਜਾਣੀ ਹੈ। ਮੈਨੂੰ ਤਾਂ ਆ ਗਿਆ ਸਵਾਦ ਭਾਈ, ਮੇਰੀ ਤਾਂ ਹੁਣ ਵਿੱਚ ਹੀ ਰਹਿ ਗਈ, ਮੈਂ ਤਾਂ ਹੁਣ ਪੱਟੀਆਂ ਪੁੱਟੀਆਂ ਕਰਾ ਕੇ ਜਾਊਂਗਾ, ਤੁਸੀਂ ਜ਼ਰੂਰ ਜਾਇਓ। ਹਾਏ ਸੁਣ ਲਓ ਮਾਨ ਸਾਹਿਬ ਕੀ ਕਹਿੰਦੇ ਆ, ਕੀ ਬਣੂ ਦੁਨੀਆਂ ਦਾ। ਪਦਮਾਵਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਤੁਹਾਨੂੰ ਬਹੁਤ ਬਹੁਤ ਪਿਆਰ ਜੀ ਸਰਕਾਰ, ਜਿੰਨੇ ਵੀ ਤੁਹਾਡੇ ਲਿਸਨਰ ਇਸ ਵੇਲੇ ਸੁਣ ਰਹੇ ਨੇ ਔਰ ਇਸ ਵੇਲੇ ਦੇਖ ਵੀ ਰਹੇ, ਉਹਨਾਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ। ਰੱਬ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਮੇਰੇ ਵੱਲੋਂ ਬਹੁਤ ਮੇਰੇ ਤਹਿ ਦਿਲ ਤੋਂ ਦੁਆ। ਮਾਨ ਸਾਹਿਬ ਪਦਮਾਵਤ ਫਿਲਮ ਕਿੱਦਾਂ ਦੀ ਲੱਗੀ ਯਾਰ? ਮੈਂ ਲਫ਼ਜ਼ਾਂ ਦੇ ਵਿੱਚ ਕੀ ਬਿਆਨ ਕਰਾਂ ਜੀ, ਲੀਲਾ ਜੀ ਨੇ ਇੰਨੀ ਖੂਬਸੂਰਤ ਫਿਲਮ ਬਣਾਈ ਹੈ। ਕੁਛ ਲੋਕ ਆ ਜਿਹੜੇ ਵਿਰੋਧ ਤਾਂ ਕਰ ਰਹੇ ਸੀ, ਮੈਂ ਤਾਂ ਕਹਿਣਾ ਕਿ ਉਹਨਾਂ ਦੇ ਮੂੰਹ 'ਤੇ ਤਮਾਸ਼ਾ ਹੈ, ਕਿਉਂਕਿ ਜਿਹੜੀ ਫਿਲਮ ਰਾਜਪੂਤਾਂ ਦੀ ਆਨ ਬਾਨ ਸ਼ਾਨ ਮੇਰਾ ਖਿਆਲ ਹੈ ਜੋ ਇਸ ਫਿਲਮ 'ਚ ਦਿਖਾਈ ਗਈ ਹੈ, ਮੇਰਾ ਖਿਆਲ ਇਸ ਤੋਂ ਵੱਡਾ ਮਾਣ ਔਰ ਫਖਰ ਹਿੰਦੁਸਤਾਨ ਲਈ ਨਹੀਂ ਹੋ ਸਕਦਾ। ਕਲਾਕਾਰਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਸਤਿਕਾਰ ਕਰਨਾ ਚਾਹੀਦਾ ਇਹੋ ਜਿਹੇ ਕ੍ਰੀਏਟਿਵ ਡਾਇਰੈਕਟਰਸ ਦਾ, ਜਿਨ੍ਹਾਂ ਨੇ ਇਹ ਚੀਜ਼ ਦਿਖਾਈ। ਸਾਰੇ ਕਲਾਕਾਰਾਂ ਨੇ ਜੋ ਕਿਰਦਾਰ ਨਿਭਾਏ ਹੈ, ਬਾ ਕਮਾਲ। ਮਾਨ ਸਾਹਿਬ ਰੇਡੀਓ ਸਿਟੀ ਜਿੰਨੇ ਵੀ ਸਾਡੇ ਲਿਸਨਰਸ ਸੁਣ ਰਹੇ ਨੇ, ਉਹਨਾਂ ਨੂੰ ਕੋਈ ਮੈਸੇਜ ਤੁਹਾਡੇ ਵੱਲੋਂ? ਬਸ ਰੱਬ ਉਹਨਾਂ ਨੂੰ ਸਭ ਨੂੰ ਤੰਦਰੁਸਤ ਰੱਖੇ, ਰਾਜੀ ਰੱਖੇ ਔਰ ਇਹ ਫਿਲਮ ਜ਼ਰੂਰ ਦੇਖਣਾ ਜੀ। ਹਾਏ ਓਏ ਉਹ ਕਾਹਦੀ ਲੱਗੀ ਆ ਫਿਲਮ ਪਦਮਾਵਤ, ਲੋਕਾਂ ਨੇ ਤਾਂ ਕੁੱਟ ਕੁੱਟ ਕੱਢਤੇ ਮੇਰੇ ਵੱਟ। ਉਹ ਜਿਹੜਾ ਇੱਕ ਵਾਰ ਬਹਿ ਜੇ ਸਾਡੇ ਨਾਲ ਹੀ ਰਹਿੰਦਾ, ਪਿੱਠ ਪਿੱਛੇ ਕਰਦਾ ਮਸ਼ਹੂਰੀਆਂ ਮੇਰੀਆਂ ਨੀ ਗੁਰੀ ਭਾਜੀ ਦੀਆਂ, ਕਿਉਂਕਿ ਗੁਰੀ ਭਾਜੀ ਦਾ ਨਵਾਂ ਸੌਂਗ ਆਇਆ ਨਾ, ਉਹਨਾਂ ਦੀ ਮਸ਼ਹੂਰੀ ਦੀ ਲੋੜ ਹੈ, ਭਾਜੀ ਦੀ ਪਹਿਲੇ ਹੀ ਚੜ੍ਹਾਈ ਹੈ। ਮੇਰੇ ਯਾਰ ਦੋਸਤ ਇੰਨੇ ਕਮੀਨੇ ਨੇ, ਮੇਰੇ ਨਾਲ ਬਹਿੰਦੇ ਨੇ, ਪਿੱਠ ਵਿੱਚ ਮਸ਼ਹੂਰੀਆਂ ਤਾਂ ਕੀ ਕਰਨੀਆਂ, ਪਿੱਠ ਵਿੱਚ ਛੁਰੀਆਂ ਮਾਰਦੇ ਨੇ, ਮਤਲਬ ਚੁਗਲੀਆਂ ਕਰਦੇ ਨੇ। ਕਿ ਕੱਲ੍ਹ ਹੈਪੀ ਦੇ ਬਾਜ਼ਾਰ 'ਚ ਚਪੇੜਾਂ ਪੈ ਗਈਆਂ, ਬਾਜ਼ਾਰ 'ਚ ਹੈਪੀ ਦੀ ਸਹੇਲੀ ਕਿਸੇ ਹੋਰ ਨਾਲ ਫਿਰਦੀ ਸੀ, ਹੈਪੀ ਦਾਰੂ ਪੀ ਕੇ ਗਟਰ 'ਚ ਡਿੱਗ ਪਿਆ। ਖੈਰ ਛੱਡੋ ਪਰਾਂ, ਇੰਨੀ ਪਬਲਿਸਿਟੀ ਦੀ ਲੋੜ ਨਹੀਂ ਹੁੰਦੀ, ਪਹਿਲੇ ਹੈਪੀ ਦੀ ਪਬਲਿਸਿਟੀ ਬਹੁਤ ਹੈ ਸੱਚ। ਹਾਂ ਪਬਲਿਸਿਟੀ ਤੋਂ ਯਾਦ ਆਇਆ ਗੁਰੀ ਭਾਜੀ ਦਾ ਸੌਂਗ ਆ ਗਿਆ ਜੀ, ਪਬਲਿਸਿਟੀ। ਵੈਸੇ ਉਹਨਾਂ ਨੂੰ ਪਬਲਿਸਿਟੀ ਦੀ ਲੋੜ ਹੀ ਨਹੀਂ, ਜਿਹੜੇ ਪਹਿਲਾਂ ਉਹਨਾਂ ਦੇ ਗਾਣੇ ਸੋਹਣੇ ਆ, ਜਿੰਮੀ ਚੂਚੂ ਹਿੱਟ ਹੋਏ ਨੇ, ਤੇ ਪਬਲਿਸਿਟੀ ਸੌਂਗ ਵੀ ਆਈ ਹਿੱਟ ਹੋ ਗਿਆ। ਸੋ ਭਾਜੀ ਨੇ ਅਨਾਊਂਸ ਕਰਤਾ 26 ਜਨਵਰੀ ਨੂੰ ਉਹਨਾਂ ਦਾ ਸੌਂਗ ਆ ਗਿਆ ਪਬਲਿਸਿਟੀ, ਤੇ ਅਗਸਤ ਤੱਕ ਹਰ 26 ਤਰੀਕ ਨੂੰ ਉਹਨਾਂ ਦਾ ਇੱਕ ਨਵਾਂ ਸੌਂਗ ਆਏਗਾ, ਮਤਲਬ ਭਾਜੀ ਦੀ ਐਲਬਮ ਆ ਰਹੀ ਹੈ ਜੀ। ਮੈਂ ਕਹਿੰਦਾ ਹਰ ਮਹੀਨੇ 26 ਤਰੀਕ ਨੂੰ, ਇਹ ਤਾਂ ਨਿਊਜ਼ ਹੀ ਪਬਲਿਸਿਟੀ ਵਾਲੀ ਹੈ। ਸੋ ਤੁਸੀਂ ਪਬਲਿਸਿਟੀ ਗਾਣਾ ਸੁਣੋ, ਸ਼ੇਅਰ ਕਰੋ, ਤੇ ਮੈਂ ਆਪਣੇ ਯਾਰਾਂ ਨੂੰ ਜ਼ਿਆਦਾ ਚੁਗਲੀ ਨਾ ਕਰਿਆ ਕਰੋ, ਬੇਇੱਜ਼ਤੀ ਹੁੰਦੀ ਹੈ, ਪਬਲਿਸਿਟੀ ਕਰਨੀ ਚਾਹੀਦੀ ਕਰੋ। ਓਕੇ ਹਾਂਜੀ ਦੋਸਤੋ, ਇਸੇ ਤਰ੍ਹਾਂ ਦੀਆਂ ਮਜ਼ੇਦਾਰ ਖਬਰਾਂ ਦੇਖਣ ਲਈ gabru.com ਦਾ ਅਫੀਸ਼ੀਅਲ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਦਿਓ ਜੀ, ਘੰਟਾ ਦਬਾ ਦਿਓ ਜੀ, ਤੇ ਸਾਰੀਆਂ ਵੀਡੀਓ ਦੇਖੋ ਨਜ਼ਾਰੇਦਾਰ ਟਿੱਡੂ ਟਾਈਮਸ ਹੈਪੀ ਸਿੰਘ ਨਾਲ। ਓਕੇ gabru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।